ਲੈ ਵੀ ਸੱਜਣੋ, ਮੈਂ ਆਇਆ ਸੀ ਗੱਗੂ ਹੋਣਾ ਕੋਲ ਅਤੇ ਪਿਛਲੇ ਦਿਨਾਂ 'ਚ ਮੈਸਚੀਓ ਦੀ ਮਸ਼ੀਨ ਲਈ ਸੀਗੀ ਗੱਗੂ ਹੋਣਾ ਨੇ। ਤੁਸੀਂ ਗੱਗੂ ਹੋਣਾ ਦੇ ਪੇਜਾਂ 'ਤੇ ਵੀ ਦੇਖੀ ਆ, ਮੇਰੇ ਪੇਜ 'ਤੇ ਵੀ ਦੇਖੀ ਆ, ਗੱਲਾਂ ਬਾਤਾਂ ਕਰਦੇ ਹਾਂ। ਗੱਲਾਂ ਬਾਤਾਂ ਵਾਸਤੇ ਬੰਦੇ ਆਪਣੇ, ਤੁਹਾਨੂੰ ਪਤਾ ਵੀ ਜਾਣੇ ਜਾਂਦੇ ਆ, ਦੁਨੀਆ ਸਾਰੀ ਪਹਿਚਾਣਦੀ ਇਹਨਾਂ ਨੂੰ ਗੱਲਾਂ ਬਾਤਾਂ ਵਾਸਤੇ। ਦੂਜਾ ਸਭ ਤੋਂ ਵੱਡਾ ਜਿਹੜਾ ਮੇਰੇ ਲਈ ਇਹ ਬੰਦੇ ਕਾਬਲੇ ਰਿਸਪੈਕਟ ਆ, ਉਹ ਇਸ ਕਰਕੇ ਆ ਕਿਉਂਕਿ ਇਹ ਆਪਦੀ ਮਾਂ ਦਾ ਬਹੁਤ ਸਤਿਕਾਰ ਕਰਦੇ ਆ। ਤਾਂ ਇਹ ਬੰਦਿਆਂ ਨੇ ਦੁਨੀਆ ਨੂੰ ਦੱਸਿਆ ਕਿ ਮਾਂ ਦਾ ਬਾਪ ਦਾ ਮਾਰਿਆ ਥੱਪੜ ਬੇਇੱਜ਼ਤੀ ਨਹੀਂ ਹੁੰਦਾ, ਇੱਜ਼ਤ ਹੁੰਦਾ। ਇਸ ਕਰਕੇ ਮੇਰੇ ਲਈ ਇਹ ਬੰਦੇ ਕਾਬਲੇ ਸਤਿਕਾਰ ਆ। ਅਤੇ ਅੱਜ ਆਪਾਂ ਸੱਜਣੋ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਬਹੁਤ ਸਾਰੀਆਂ ਜਾਣਕਾਰੀਆਂ ਵੀ ਆਪਾਂ ਇਹਨਾਂ ਤੋਂ ਲੈਂਦੇ ਹਾਂ। ਅਤੇ ਗੱਗੂ ਬਾਈ, ਹੁਣ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਦਈਏ। ਹਾਂ ਵੀਰੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਚਾਚਾ, ਸਤਿ ਸ਼੍ਰੀ ਅਕਾਲ ਚਾਚੇ, ਸਤਿ ਸ਼੍ਰੀ ਅਕਾਲ। ਮਸ਼ੀਨ ਕਿਵੇਂ ਆ? ਇਹ ਬਹੁਤ ਵਧੀਆ ਜੀ, ਹੈਂ ਬਹੁਤ ਵਧੀਆ, ਦਿਲ ਖੁਸ਼ ਹੁੰਦਾ। ਆਪਾਂ ਲੈ ਕੇ ਨੇ ਇੱਕ, ਲੋਕੀ ਰਿਵਿਊ ਦਿੰਦੇ ਆ, ਤੁਹਾਨੂੰ ਪਤਾ ਮਾੜੇ ਵੀ ਹੁੰਦੇ ਚੰਗੇ, ਇਹਦੇ ਚੰਗੇ ਹੀ ਆਏ ਸਾਰੇ, ਕਹਿੰਦੇ ਵਧੀਆ ਕੀਤਾ ਇਹ ਲੈ ਲਈ। ਅੱਛਾ ਵਧੀਆ, ਮਤਲਬ ਜਿਹੜੇ ਆਪਣੇ ਲੱਗਣ ਵਾਲੇ ਆ ਉਹ ਵੀ ਕਹਿੰਦੇ ਵਧੀਆ, ਕਹਿੰਦੇ ਵਧੀਆ ਕੀਤਾ ਇਹ ਲੈ ਲਈ, ਕਿਉਂਕਿ ਇਹਦੀ ਐਕੂਰੇਸੀ ਜ਼ਿਆਦਾ। ਹਾਂ, ਇਹ ਲੋਕਾਂ ਨੇ ਦੱਸਿਆ ਸੀ, ਆਪਾਂ ਤਾਂ ਤੁਹਾਡੇ ਨਾਲ ਸਲਾਹ ਕਰਕੇ ਕਿ ਰਿਵਿਊ ਮੰਗਿਆ ਸੀ ਕਿ ਕਿਹੜੀ ਲਈਏ, ਸਭ ਤੋਂ ਵੱਧ ਵੋਟਿੰਗ ਇਹਦੀ ਸੀ, ਇਹ ਕੋਈ ਝੂਠ ਨਹੀਂ। ਯਾਰ ਮੈਂ ਨਾ ਤੁਹਾਨੂੰ ਮੈਂ ਦੱਸਦਾ, ਜਿੱਦਾਂ ਆਪਾਂ ਮਸ਼ੀਨ ਲਈ ਆ, ਆਈ ਆ, ਇੱਕ ਮੈਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਤੇਰੇ ਖਾਸ ਤੌਰ 'ਤੇ ਏਰੀਏ ਦੇ, ਉਹ ਮੈਨੂੰ ਕਹਿੰਦੇ ਯਾਰ ਵੀ ਬਾਈ ਯਾਰ ਸਾਡਾ ਬੀਜ ਦੇਣਗੇ, ਮਤਲਬ ਯਾਰ ਜੇ ਤੁਸੀਂ ਇਹ ਕੰਮ ਕਰਦੇ ਹੋ ਤੁਸੀਂ ਤਾਂ ਲੈ ਲਈਏ, ਤੁਸੀਂ ਤਾਂ ਪੈਸੇ ਲਾਤੇ ਆ। ਹਾਂਜੀ ਹਾਂਜੀ, ਜੇ ਤੁਸੀਂ ਐਂ ਵੀ ਕਰ ਲਓ, ਮੈਨੂੰ ਬਹੁਤ ਸਾਰੇ ਮੈਸੇਜ ਆਏ ਇਸ ਗੱਲ ਦੇ ਵੀ ਯਾਰ ਜੇ ਅਸੀਂ 20 ਕਿੱਲੇ 50 ਕਿੱਲੇ 100 ਕਿੱਲੇ ਬੀਜਣੇ, ਕਿਉਂਕਿ ਹਰੇਕ ਬੰਦੇ ਹੈ ਨਾ ਚਾਚਾ, ਗੱਲ ਇਹ ਪੱਕੀ ਹੈ ਨਾ, ਹੈ ਨਾ ਵੀ ਜੇ ਤੁਸੀਂ ਮੰਨ ਕੇ ਚੱਲੋ ਯਾਰ ਕੋਈ ਬੰਦਾ ਰੱਖ ਲਓ ਨਾਲੇ ਰੋਟੀ ਪੈ ਜਾਊਗਾ ਬੰਦਾ, ਤੁਸੀਂ ਤਾਂ ਟਰੈਕਟਰ 'ਤੇ ਵੀ ਪੈਸੇ ਲਾਏ ਆ, ਇਹ 'ਤੇ ਵੀ ਲਾਏ ਆ, ਮਸ਼ੀਨ ਦੇ ਰਿਵਿਊ ਬਾਅਦ 'ਚ ਲੈ ਲੈਂਦੇ ਹਾਂ ਤੁਹਾਡੇ ਤੋਂ, ਪਹਿਲਾਂ ਮੇਰੇ ਨਾਲ ਇਹ ਵੀ ਗੱਲ ਮੁਕਾ ਹੀ ਲਓ ਵੀਰੇ। ਕਹੋ ਫਿਰ ਆਹੋ ਕਰ ਲਾਂਗੇ, ਕੋਈ ਮਸਲਾ ਨਹੀਂ ਗਾ, ਪਰ ਡਰਾਈਵਰ ਚੰਗਾ ਲੱਭ ਜੇ ਫੇਰ ਹੀ ਹੈ ਨਾ। ਨਹੀਂ ਬਾਈ ਸੁਖਜਿੰਦਰ, ਇਹਦੇ 'ਚ ਮੈਂ ਇੱਕ ਹੋਰ ਇਹਨਾਂ ਨੂੰ ਕਹਿੰਦਾ, ਜੇ ਲੋਕਾਂ ਦੀ ਸੇਵਾ ਕਰਨਗੇ, ਦੇਖੋ ਹਰ ਬੰਦਾ ਇਹ ਤਕਰੀਬਨ 15 ਕੁ ਲੱਖ ਦੇ ਇੱਟੇ ਪਿੱਟੇ ਜਿਹਾ ਕੰਮ, ਮੈਂ ਮੱਕੀ ਬੀਜਣੀ 5 ਕਿੱਲੇ, ਇਹ 15 ਲੱਖ ਰੁਪਈਆ ਕੋਈ ਲਾ ਨਹੀਂ ਸਕਦਾ ਹਰ ਇੱਕ ਬੰਦਾ। ਅੱਜ ਤੋਂ ਅਸੀਂ 40 ਸਾਲ ਪਹਿਲਾਂ ਜਦੋਂ ਸੁਖਜਿੰਦਰ ਨਵੇਂ ਨਵੇਂ ਟਰੈਕਟਰ ਆਏ ਆ ਨਾ ਸਾਡੇ ਕੋਲ, ਹੁੰਦਾ ਸੀ ਹਿੰਦੁਸਤਾਨ ਟਰੈਕਟਰ, ਲੋਕ ਸਾਨੂੰ ਕਹਿੰਦੇ ਸਾਡੇ ਬੀਜ ਬੀਜੋ ਵੀ, ਸਾਡੀ ਪੈਲੀ ਵੀ ਵਾਹੋ, ਉਹ ਲੋਕ ਸਾਨੂੰ ਸੇਵਾ ਸਮਝਦੇ ਸੀ। ਇਹੀ ਜੇ ਬੰਦੇ ਕਰਨਗੇ ਨਾ, ਇਹ ਗੁੱਗੂ ਨਹੀਂ ਹੈ ਕੰਮ, ਇਹ ਲੋਕ ਸੇਵਾ ਵੀ ਆ, ਪੈਸੇ ਤਾਂ ਚਲੋ ਲੈਣੇ ਹੀ ਲੈਣੇ ਆ, ਪੈਸੇ 'ਚ ਕੰਮ ਵੀ ਹੋ ਜਾਂਦਾ, ਅਗਲੇ ਦੇ ਵੱਟ 'ਤੇ ਬਹਿ ਕੇ 4-5 ਕਿੱਲੇ ਬੀਜੀ ਜਾਣੀ, ਕਿੰਨਾ ਇਹ ਲੋਕ ਸੇਵਾ ਵਾਲਾ ਕੰਮ ਹੈ। ਨਹੀਂ ਇਹ ਮੈਂ ਤੁਹਾਨੂੰ ਦੱਸਦਾ ਗੱਲ ਯਾਰ, ਇੱਕ ਤੈਨੂੰ ਹੋਰ ਵੀ ਗੱਲ ਆ, ਜੇ ਤੁਸੀਂ ਇਹ ਕਰੋ, ਮੈਂ ਨਾ ਇੱਕ ਉਦਾਹਰਨ ਤੌਰ 'ਤੇ ਤੈਨੂੰ ਗੱਲ ਦੱਸਦਾ, ਅਸੀਂ ਨਾ ਗੋਭੀ ਲਾ ਲਈ, ਗੋਭੀ ਲਾ ਲਈ ਅਤੇ ਉਹ ਨਾ ਗੋਭੀ ਇੱਕ ਦਿਨ ਵਿਕੀ ਨਾ, ਅਤੇ ਮੰਡੀ ਬੰਦ ਸੀ, ਹੜਤਾਲ ਆ ਗਈ। ਮੈਨੂੰ ਵੱਡਾ ਬਾਈ ਕਹਿੰਦਾ ਵੀ ਆਪਣੀ ਤਾਂ ਗੋਭੀ ਵੱਡੀ ਵੀ ਆ, ਵੀ ਜੇ ਆਪਣੀ ਗੋਭੀ ਨਾ ਵਿਕੀ ਤਾਂ ਖਰਾਬ ਜਾਣੀ, ਸਿੱਟਣੀ ਪਊਗੀ। ਮੈਂ ਬਾਈ ਨੂੰ ਕਿਹਾ ਵੀ ਹੜਤਾਲ ਖਰੀਦਣ ਵਾਲਿਆਂ ਦੀ ਆ, ਖਾਣ ਵਾਲਿਆਂ ਦੀ ਥੋੜ੍ਹੂ ਆ, ਵੀ ਆਪਾਂ ਐਂ ਕਰਦੇ ਹਾਂ ਸਪੀਕਰ ਬੰਨ ਲੈਂਦੇ ਹਾਂ ਆਪਾਂ ਪਿੰਡਾਂ 'ਚ, ਦੋਵਾਂ 'ਚ ਬੀਜ ਵੇਚ ਦਿੰਦੇ ਹਾਂ ਹੋਕਾ ਦੇ ਕੇ। ਉਹਨਾਂ ਦਿਨਾਂ ਚਲੋ ਫੇਸਬੁੱਕ ਚਲਾਉਂਦੇ ਸੀ, ਨਾ ਜਾਂ ਤਾਂ ਸੀਗਾ ਵਾਹਵਾ, ਹੈ ਨਾ ਵੀ ਚਲੋ ਲੋਕ ਜਾਣਦੇ ਸੀ। ਅਤੇ ਮੈਨੂੰ ਵੱਡਾ ਬਾਈ ਕਹਿੰਦਾ ਫਿਰ ਤੂੰ ਆ ਜਾਈ ਯਾਰ, ਵੀ ਇਹ ਗੱਲ ਵੀ ਸ਼ਰਮੇ ਜੀ ਆਊ, ਹੈ ਨਾ ਵੀ ਕੀ ਕਰਦਾ। ਮੈਂ ਕਿਹਾ ਵੀ ਬਾਈ ਯਾਰ ਹੋਰ ਬੰਦੇ ਤੋਂ ਕਿਸੇ ਤੋਂ ਬੋਲਿਆ ਨਹੀਂ ਜਾਣਾ, ਅਤੇ ਮੈਂ ਹੀ ਚੱਲਦਾ, ਐਂ ਕੀ ਹੁੰਦਾ ਯਾਰ ਆਪਦੀ ਚੀਜ਼ ਵੇਚਣੀ, ਸ਼ਰਮ ਕਿਹੜੀ ਗੱਲ ਦੀ ਆ। ਅਤੇ ਮੈਂ ਨਾ ਗੁੱਗੂ ਤੈਨੂੰ ਉਦਾਹਰਨ ਤਾਂ ਦੇਣ ਲੱਗਿਆ, ਮੈਂ ਨਾ ਗਿਆ, ਮੈਨੂੰ ਪਹਿਲੇ ਪਿੰਡ 'ਚ ਚੱਕਰ ਦੇ ਵਿੱਚ ਗਿਆ, ਅਤੇ ਚੱਕਰ ਦੇ ਪਿੰਡ ਦੇ ਵਿੱਚ ਹੋਕਾ ਦਿੱਤਾ, ਉੱਥੇ ਉਹ ਕਹਿੰਦੇ ਯਾਰ ਬਾਈ ਤੂੰ ਸੁਖਜਿੰਦਰ ਨਹੀਂ? ਮੈਂ ਕਿਹਾ ਹਾਂ ਬਾਈ। ਉਹ ਐਂ ਵੀਡੀਓ ਬਣਾਉਣ ਲੱਗ ਗਿਆ, ਉਹ ਕਹਿੰਦਾ ਯਾਰ ਮੈਂ ਆਪਦੇ ਜਵਾਕਾਂ ਨੂੰ ਦਿਖਾਊਂਗਾ ਵੀ ਯਾਰ ਉਹ ਬੰਦਾ ਆਹ ਕੰਮ ਦੇਖ ਲਓ ਯਾਰ, ਆਪਦੀ ਸਬਜ਼ੀ ਵੇਚਦਾ ਫਿਰਦਾ ਯਾਰ, ਅਤੇ ਉਹਨੂੰ ਜੇ ਹੈ ਨਹੀਂ ਗੀ ਤਾਂ ਤੁਹਾਨੂੰ ਕੀ ਆ। ਮਤਲਬ ਜਦੋਂ ਤੁਸੀਂ ਮੰਨ ਲਓ ਤੁਸੀਂ, ਤੁਹਾਨੂੰ ਨਹੀਂ ਫਰਕ ਪੈਂਦਾ, ਤੁਸੀਂ ਆਪਦੇ ਕੰਮ ਵਾਸਤੇ ਲੈ ਲਈ, ਪਰ ਜੇ ਤੁਸੀਂ ਇਹਨੂੰ ਕਿਰਾਏ 'ਤੇ ਚਲਾਉਂਗੇ ਨਾ,
ਇਹਦੇ ਨਾਲ ਹਜ਼ਾਰ ਨੌਜਵਾਨ ਨੂੰ ਇਹ ਗੱਲ ਦਾ ਪਤਾ ਲੱਗੂਗਾ ਵੀ ਆਪਾਂ ਟਰੈਕਟਰ ਗੇੜੇ ਦੇਣ ਨੂੰ ਨਹੀਂ ਲਏ, ਵੇ ਆਪਾਂ ਇਹ ਟਰੈਕਟਰ 'ਤੇ ਲੋਕਾਂ ਦਾ ਕੰਮ ਕਰਕੇ ਦੇ ਦੇਈਏ, ਆਪਾਂ ਨੂੰ ਪੈਸੇ ਵੀ ਆਉਣਗੇ, ਆਪਣੀ ਚੀਜ਼ ਵੀ ਬਚੀ ਰਹੂ। ਹਾਂ ਵੀ ਜੇ ਤੁਸੀਂ ਇਹ ਕੰਮ ਕਰਦੇ ਹੋ, ਹਾਂਜੀ ਹਾਂਜੀ, ਤੁਸੀਂ ਕੋਈ ਵੀ ਬੰਦੇ ਦੀ ਤਰੱਕੀ ਦਾ ਰਾਜ ਵੇਖ ਲਓ, ਜਿਹਨੇ ਸ਼ਰਮ ਕੀਤੀ ਹੈ ਉਹ ਥੱਲੇ ਗਿਆ, ਜਿਹਨੇ ਆਪਣੇ ਕੰਮ ਨੂੰ ਕੰਮ ਸਮਝ ਕੇ ਉਹਦੀ ਪੂਜਾ ਕੀਤੀ ਹੈ ਉਹਦੀ ਤਰੱਕੀ ਹੋਈ ਹੈ। ਹਾਂ ਅਤੇ ਮੈਂ ਤਾਂ ਤੁਹਾਨੂੰ ਕਹਿੰਦਾ ਇੱਕ ਵੱਢਣ ਵਾਲੀ ਵੀ ਲਿਆਓ ਬਈ, ਮਗਰੇ ਹੁਣ ਇਹ ਬੀਜ ਕੇ ਤਾਂ ਦੇਵਾਂਗੇ, ਮੁੜ ਕੇ ਵੱਢਣ ਵਾਲੀ ਮੁੜ ਕੇ ਵੱਢਿਆ ਵੀ ਕਰਾਂਗੇ। ਜਿੰਨੇ ਮਰਜ਼ੀ ਤਰਲੇ ਕੱਢੀ ਜਾਓ, ਜਿਹਦੇ ਕੋਲ ਟਰੈਕਟਰ ਰੱਬ ਬਣ ਜਾਂਦਾ ਜੇ, ਉਹਨਾਂ ਦਿਨਾਂ 'ਚ ਕਹਿੰਦਾ ਨਹੀਂ ਮੈਂ ਨੀ ਆਉਣਾ, ਫਿਰ ਬੜਾ ਫੀਲ ਹੁੰਦਾ। ਮੈਂ ਤੇ ਮੁੱਟ ਨੂੰ ਇਹ ਕਿਹਾ, ਮੈਂ ਕਿਹਾ ਆਪਾਂ ਜਦੋਂ ਜੋੜ ਕੇ ਲਿਆਂਦਾ ਨਾ ਪਹਿਲਾਂ ਆਹ ਚੀਜ਼ਾਂ ਲਿਆਉਣੀਆਂ ਕਿ ਆਪਾਂ ਸੌਖੇ ਰਹੀਏ ਯਾਰ, ਮੁੜ ਕੇ ਕਿਸੇ ਨੂੰ ਜਾਗਣਾ ਕਹਿਣਾ ਪਵੇ ਵੀਰੇ ਯਾਰ ਸਾਡੇ ਬੀਜ ਦਾ, ਮੁੜ ਕੇ ਉਹਦਾ ਸਾਰਾ ਦਿਨ ਵੇਟ ਕਰੀਏ ਆਉਂਦਾ ਨਹੀਂ, ਕਿਉਂਕਿ ਜੇ ਉਹਨੂੰ ਮਿਲ ਗਏ 50 ਕਿਲੋ ਟੱਕ ਉਹਨੇ ਉੱਧਰ ਜਾਣਾ, ਪੰਜਾਂ ਵਾਲੇ ਦੀ ਤਾਂ ਕਦਰ ਹੀ ਨਹੀਂ ਕਰਦਾ ਕੋਈ। ਮੈਂ ਤੈਨੂੰ ਦੱਸਦਾ ਯਾਰ ਆਪਦੇ ਕੰਮ ਦੀ ਗੱਲ, ਸਾਡੇ ਬਾਪੂ ਤੋਂ ਸਾਰੀ ਜ਼ਿੰਦਗੀ ਸਾਡੇ ਡੈਡੀ ਨੂੰ ਟਰੈਕਟਰ ਨਹੀਂ ਜੋੜਿਆ। ਹਾਂਜੀ, ਮਤਲਬ ਉਹ ਸਾਰੀ ਜ਼ਿੰਦਗੀ ਹੱਥਾਂ ਨਾਲ, ਉਹਨੇ ਪੱਠੇ ਕੀ ਆ ਦੋ ਕਨਾਲ ਪੱਠੇ ਹੁੰਦੇ ਸੀ, ਉਹਨੇ ਹਰ ਰੋਜ਼ ਮਰਲਾ ਵੱਢਣਾ, ਉਹਨੇ ਮਰਲਾ ਕਈ ਨਾ ਪੱਟਿਆ ਹੋਣਾ, ਮਰਲਾ ਕਈ ਨਾ ਪੱਟਿਆ ਹੋਣਾ, ਜਦੋਂ 10 ਮਰਲੇ ਹੋਣੇ ਉਦੋਂ ਉਹ ਹਰ ਰੋਜ਼ ਮਰਲਾ ਪੱਟਣਾ ਔਖਾ ਨਹੀਂ ਹੁੰਦਾ ਸੀ, ਤਾਂ ਉਹਨੇ ਕੀ ਕਰਨਾ ਜਦੋਂ 10 ਮਰਲੇ ਹੋ ਗਏ ਉਦੋਂ ਖੜਾ ਕੇ ਬਾਜਰੇ ਦਾ ਸਿੱਟਾ ਦੇ ਕੇ ਉਹਨੂੰ ਕਹੀ ਨਾਲ ਟੱਕ ਲਾ ਦੇਣੇ ਅਤੇ ਉਹਨੇ ਹੋਰਾ ਹੋ ਜਾਣਾ। ਉਹ ਉਹਨੇ ਸਾਰੀ ਜ਼ਿੰਦਗੀ, ਮੈਂ ਜਿਵੇਂ ਜਿਵੇਂ ਵੱਡਾ ਹੋਇਆ ਆਈ ਹੋਇਆ, ਅਤੇ ਅਸੀਂ 25 ਗਰਾਂ ਟਰੈਕਟਰ ਲਿਆਂਦਾ ਜਦੋਂ ਬਾਪੂ ਦੇ ਲਾਸਟ ਜੇ ਦਿਨਾਂ 'ਚ, 14 ਸਾਡੇ ਬਾਪੂ ਦੀ ਮੌਤ ਹੋਈ ਆ, 12 'ਚ ਅਸੀਂ 25 ਗਰਾਂ ਟਰੈਕਟਰ ਲਿਆਂਦਾ। ਓਕੇ, ਉਹਨੇ ਮੈਨੂੰ ਬਾਪੂ ਨੇ ਪਹਿਲੇ ਦਿਨ ਆਹੀ ਗੱਲ ਆਖੀ, ਕਹਿੰਦਾ ਲੈ ਨਿੱਕਿਆ ਹੁਣ ਕੋਈ ਕਨਾਲ ਦੋ ਕਨਾਲ ਵਾਲਾ ਬਹਾਉਣ ਵਾਲੋ ਨਾ ਬੈਠਾ ਰਹੇ। ਹਾਂ, ਮੈਂ ਉਹੀ ਆ ਕਿ ਨਿੱਕੇ ਨੂੰ ਜ਼ਿਆਦਾ ਅਹਿਮੀਅਤ ਆ, ਹੈਂ ਲੈ ਹੁਣ ਐ ਨਾ ਪੁੱਤ ਹੋਵੇ ਕਨਾਲ ਦੋ ਕਨਾਲਾਂ ਨੂੰ ਕਹੀ ਨਾ ਨਾ ਪੱਟਣੀ ਪਵੇ, ਉਹਨੇ ਬਾਪੂ ਨੇ ਮੈਨੂੰ ਆਹ ਗੱਲ ਇਹ ਚੀਜ਼ ਮੈਂ ਤੇ ਮੋਟੇ ਫੀਲ ਕੀਤੀ ਨਾ, ਮੈਂ ਕਿਹਾ ਨਹੀਂ ਆਉਂਦਾ ਕੋਈ ਤੇ ਉਹਦੇ ਜਾਣਾ ਨਾ, ਇੱਕ ਤਾਂ ਅਗਲਾ ਖੁਸ਼ ਹੋ ਕੇ ਬੜਾ ਮਿਲਦਾ ਨਿੱਕਾ ਬੰਦਾ, ਹਾਂ ਤਗੜਾ ਤੇ ਆਕੜ ਕੇ ਹੀ ਮਿਲਦਾ ਤੇ ਲੈ ਹੁਣ ਮੈਂ ਮੇਰਾ ਇਹੀ ਬਾਪੂ ਵਾਲੀ ਗੱਲ ਤੁਹਾਨੂੰ ਕਹਿਣਾ, ਹਾਂ ਬਈ ਹੁਣ ਕੋਈ ਕਿੱਲੇ ਦੋ ਕਨੇਲ ਵਾਲਾ ਫਿਰ ਬੈਠਾ ਨਾ ਰਹੇ। ਨਹੀਂ 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 ਜੀ, ਜੇ ਆਪਾਂ ਕਰਾਂਗੇ ਨਾ, ਹਾਂ ਜਿਵੇਂ ਜੇ ਜੇ ਹਿਸਾਬ ਨਾਲ ਜਿਹੜੇ ਬੰਦੇ ਨੇ ਬੁਕਿੰਗ ਕਰਾ ਦੀ, ਇਹ ਨਹੀਂ ਕਿ ਅੱਜ ਜੇ ਮੰਨ ਕੇ ਚੱਲੋ ਵੀ 2 ਕਿੱਲੇ ਵਾਲੇ ਨੇ ਬੁਕਿੰਗ ਅੱਜ ਦੀ ਆ ਉਹਦੀ ਸਵੇਰ ਦੀ ਆ ਤੇ ਆਪਾਂ 10 ਕਿੱਲੇ ਵਾਲੇ ਦੇ ਜਾ ਕੇ ਲਾਉਂਦੇ, ਨਹੀਂ ਉਹਦੇ 2 ਕਿੱਲੇ ਕੱਢ ਕੇ 10 ਵਾਲੇ ਵਿੱਚ ਆਵਾਂਗੇ। ਸਹੀ ਹੈ ਯਾਰ, ਹਾਂ ਇਹ ਚਾਹੀਦਾ ਵੀ ਹੈ ਮੇਰੇ ਹਿਸਾਬ ਨਾਲ, ਪਹਿਲਾਂ ਜਿਹੜੀ ਜਿਹਦੀ ਪਹਿਲੀ ਬੁਕਿੰਗ ਆ ਉਹਨੂੰ ਪਹਿਲੀ 'ਚ ਹੀ ਰੱਖ ਕੇ ਚੱਲਾਂਗੇ ਆਪਾਂ, ਜਿਵੇਂ ਆਪਾਂ ਨੂੰ ਅੱਜ ਐਮਰਜੈਂਸੀ ਕੋਈ ਕਵੇ ਭਾਉ ਮੇਰੇ ਤਾਂ 50 ਕਿੱਲੇ ਖੜੇ ਛੇਤੀ ਆ ਜੇ 50 ਵਾਲਾ ਮੈਂ ਵੱਡਾ ਯਾਰ। ਬਾਬੇ ਨੇ ਆਪਾਂ ਨੂੰ ਸਿਧਾਂਤ ਕਿੱਡਾ ਘੈਂਟ ਦਿੱਤਾ, ਉਹ ਕਹਿੰਦਾ ਵੀ 100 ਕਿੱਲੇ ਵਾਲਾ ਵੀ ਲੰਗਰ 'ਚ ਬੈਠਾ ਤੇ ਕਨਾਲ ਵਾਲਾ ਬੈਠਾ, ਜਿਹਦੇ ਕੋਲ ਕਨਾਲ ਵੀ ਹੈ ਨੀ ਉਹ ਵੀ ਆ, ਪਰ ਜਦੋਂ ਲੰਗਰ ਵਰਤਾਉਣ ਲੱਗ ਗਏ ਤਾਂ ਬਰਾਬਰ ਹੀ ਸਾਰਿਆਂ ਨੂੰ ਮਿਲਣਾ ਤੇ ਇੱਕੋ ਜਿਹਾ ਹੀ ਮਿਲਣਾ, ਐਂ ਨਹੀਂ 100 ਕਿੱਲੇ ਵਾਲੇ ਕੋਲ ਪਹਿਲਾਂ ਤੋਂ ਰੈਵਰੂ ਵਰਤਾਵਾ ਤੇ ਕਨਾਲ ਵਾਲੇ ਨੂੰ ਮਗਰੋਂ, ਹੈ ਨਾ, ਤੇ ਐਵੇਂ ਤੁਸੀਂ ਰੱਖਿਓ। ਨਹੀਂ ਐਂ ਹੀ ਰੱਖਾਂਗੇ ਜੀ, ਹੈ ਨਾ, ਬਿਮਾਰੀ ਮੂਜ ਵੀ ਤੁਰੇ ਜਾ। ਜਿਵੇਂ ਤੁਸੀਂ ਵੀਰੇ ਕਿਹਾ ਕਿ ਸ਼ਰਮ ਵਾਲੀ ਗੱਲ ਆ, ਜਦੋਂ ਆਈ ਨਾ ਮੱਝਾਂ ਫਿਰ ਵੀਡੀਓ ਸ਼ੋਅ ਕਰਨ ਲੱਗ ਪਏ, ਬੜੇ ਲੋਕਾਂ ਦੇ ਮੈਸੇਜ ਸੀ ਆਹ ਕਿਹੜੇ ਕੰਮ 'ਚ ਪੈ ਗਏ, ਗੋਹੇ 'ਚ ਕੀ ਰੱਖਿਆ ਆ, ਪਰ ਅਸੀਂ ਕਹਿੰਦੇ ਵੀਰੇ ਸਾਡੀਆਂ ਵੀਡੀਓ ਵੀ ਉਹਨਾਂ ਕਰਕੇ ਚੱਲੀਆਂ ਸੀ, ਮੱਝਾਂ ਨੇ ਸਾਨੂੰ ਮਸ਼ਹੂਰ ਕੀਤਾ, ਨਾਲੇ ਸਾਡਾ ਮੁੱਢਲਾ ਕੀਤਾ ਆ ਉਹ, ਉਹਦਾ ਦਿਲ ਬੜਾ ਲੱਗਦਾ ਸਾਡਾ, ਤੇ ਉਹ ਕੰਮ ਛੱਡ ਨਹੀਂ ਸਕਦੇ, ਸ਼ਰਮ ਸ਼ੁਰਮ ਵਾਲੇ ਤਾਂ ਵੀਰੇ ਹੈ ਹੀ ਨਹੀਂ, ਉਹਨੇ ਬਹੁਤ ਕੁਝ ਦਿੱਤਾ ਵੀਰੇ ਸਾਨੂੰ। ਬਾਕੀ ਬਈ ਸੁਖਜਿੰਦਰ ਇਹ ਗੱਲ ਆ, ਜਿਹੜਾ ਤਾਂ ਕੋਈ ਅਮੀਰ ਬੰਦਾ ਲੈ ਲੈਂਦਾ 50 ਕਿੱਲਿਆਂ ਦਾ ਟਰੈਕਟਰ ਮਾਲਕ, ਉਹਨੂੰ ਛੋਟੇ ਜ਼ਿਮੀਂਦਾਰ ਦਾ ਦੁੱਖ ਘੱਟ ਪਤਾ ਹੁੰਦਾ, ਅਸੀਂ ਲੋਕ ਉੱਠੇ ਆ, ਇਹ ਲੋਕ ਉੱਠੇ ਛੋਟੇ ਕੰਮ, ਜਮਾ ਇਹਨਾਂ ਦੀਆਂ ਤਕਲੀਫਾਂ, ਜਦੋਂ ਕਿਸੇ ਨੂੰ ਤਕਲੀਫ ਆਊ ਇਹਨਾਂ ਨੂੰ ਆਪਦੀ ਤਕਲੀਫ ਯਾਦ ਆਉਣੀ ਆ, ਦੇਖੋ ਅੱਜ ਸੌਖੇ ਆ, ਅੱਜ ਸਾਰਾ ਕੁਝ ਲੈ ਲਿਆ, ਇਹ ਪਹਿਲਾਂ ਕੰਮ ਛੋਟੇ ਬੰਦੇ ਦਾ ਕਰਨਗੇ, ਵੱਡੇ ਬੰਦੇ ਦਾ ਬਾਅਦ 'ਚ ਕਰਨਗੇ ਕੰਮ। ਨਹੀਂ ਇਹ ਬਣਦਾ ਬਣਦਾ ਸੱਚੀ, ਬਹੁਤ ਵਾਰੀ ਨਾ ਯਾਰ ਮੈਂ ਸੱਚੀ
ਬਹੁਤ ਵਾਰੀ ਆਪਦੀ ਜ਼ਿੰਦਗੀ ਦੇ ਵਿੱਚ ਟਰੈਕਟਰ ਵੱਲੋਂ ਪੱਠੇ ਬੀਜਣ ਵੱਲੋਂ ਰਹੇ ਆ ਸਾਡੇ ਰਹੇ ਆ ਵੀਰੇ ਬਹੁਤ ਵਾਰੀ ਬੱਤਾਂ ਚੜੀਆਂ ਬਥੇਰੇ ਵਾਰੀ ਉਹ ਗੱਲਾਂ ਭੁੱਲਦੀਆਂ ਨਹੀਂ ਜਦੋਂ ਵੀ ਅਸੀਂ ਆਪਦੀ ਜ਼ਿੰਦਗੀ 'ਚ ਸਹੀ ਬੱਤ 'ਤੇ ਪੈਲੀ ਬੀਜ ਕੇ ਆਉਂਦੇ ਹਾਂ ਮੈਂ ਵੱਡੇ ਬਾਈ ਨੂੰ ਆਈ ਆਖਦਾ ਹੁੰਦਾ ਬਾਈ ਆ ਬਾਣਾ ਦੀਆਂ ਦੋ ਦੋ ਰੌਣੀਆਂ ਵੀ ਹੋਈਆਂ ਵਾਂ ਹਾਂ ਇਹਦੀਆਂ ਤਿੰਨ ਤਿੰਨ ਰੌਣੀਆਂ ਵੀ ਹੋਈਆਂ ਵਾਂ ਬੱਤ ਚੜ ਜਾਣੀ ਟਰੈਕਟਰ ਲਿਆਉਣਾ ਨਾ ਫਿਰ ਚਲੋ ਇੱਕ ਤਾਂ ਉਦੋਂ ਟਰੈਕਟਰ ਹੀ ਘੱਟ ਸੀਗੇ ਅਤੇ ਫਿਰ ਇੱਕ ਦਿਨ ਹੋਰ ਗੱਲ ਦੱਸਦਾ ਗੱਗੂ ਇੱਕ ਦਿਨ ਹੋਰ ਗੱਲ ਦੱਸਦਾ ਬਾਪੂ ਨੇ ਟਰੈਕਟਰ ਵਾਲੇ ਨੂੰ ਕਹਿਣ ਜਾਣਾ ਅਤੇ ਮਤਲਬ ਹਾਲਾਤ ਥੋੜ੍ਹੇ ਮਾੜੇ ਸੀ ਉਹਨੇ ਪੈਸੇ ਮਤਲਬ ਪਹਿਲਾਂ ਕੱਢ ਲੈਣੇ ਵੀ ਆਹ ਬਈ ਕਿਰਾਇਆ ਲੈ ਲਾ ਵੀ ਕਦੇ ਟਰੈਕਟਰ ਵਾਲੇ ਦੇ ਦਿਮਾਗ 'ਚ ਇਹ ਨਾ ਜਾਵੇ ਵੀ ਯਾਰ ਇਹ ਗਰੀਬ ਬੰਦਾ ਕਿਤੇ ਇਹ ਨਾ ਹੋਵੇ ਵੀ ਉਧਾਰ ਨਾ ਕਰ ਲਏ ਇਹ ਹੈਂ ਮੇਰੇ ਤਾਂ ਇਹ 40-45 ਸਾਲ ਪਹਿਲਾਂ ਇਹ ਕੰਮ ਕੀਤੇ ਵੇ ਉਦੋਂ ਟਰੈਕਟਰ ਨਹੀਂ ਸੀ ਹੁੰਦਾ ਅਸੀਂ ਨਾਲ ਪਿੰਡ 'ਚ ਚਲੇ ਜਾਣਾ ਉਹਨੇ ਕਹਿਣਾ ਮੇਰੇ 2 ਕਿੱਲੇ ਬਾਅਦ ਉਹਨੇ ਕਹਿਣਾ ਯਾਰ ਮੈਂ ਕੱਲ ਪਰਸੋਂ ਰੌਣੀ ਕੀਤੀ ਆ ਅੱਜ ਸੁੱਕ ਜੂ ਵੀਰ ਬਣ ਕੇ ਵਾਹ ਜਾ ਅੱਛਾ ਸਾਨੂੰ ਡਬਲ ਲਾਲਚ ਹੁੰਦਾ ਸੀਗਾ ਚਲੋ ਪੈਸੇ ਵੀ ਲੈਣੇ ਆ ਤੇ ਅਗਲੇ ਦਾ ਕੰਮ ਵੀ ਟਾਈਮ ਤੇ ਹੋ ਜਾਣਾ ਮੈਂ 40-45 ਸਾਲ ਪਹਿਲਾਂ ਇਹ ਬੜਾ ਕੰਮ ਕੀਤਾ ਟਰੈਕਟਰ ਤੇ ਮੈਂ ਮਸ਼ੀਨ ਬਾਰੇ ਦੱਸਦਾ ਵੀ ਸੱਜਣੋ ਜੇ ਕਿਸੇ ਨੇ ਕੰਮ ਮੰਨ ਲਓ ਕਹਿਤਾ ਮੈਂ ਨੰਬਰ ਦੇ ਦੂੰਗਾ ਇੱਕ ਨੰਬਰ ਡਰਾਈਵਰ ਦਾ ਨੰਬਰ ਦੇ ਦਈਏ ਹਨਾ ਹਾਂ ਉਹ ਸ਼ੇਅਰ ਕਰ ਦਿਓ ਵੀਡੀਓ ਚੱਲਦੀ ਤੇ ਹਨਾ ਚੱਲ ਦੂੰਗਾ ਆਪਣੇ ਭਰਾ ਹੀ ਆ ਸੱਜਣੀ ਆਪਣਾ ਉਹਦਾ ਨੰਬਰ ਪਾ ਦੇਾਂਗੇ ਆਪਾਂ ਉਹ ਸਾਰੀਆਂ ਉਹ ਉਹ ਕਰ ਲੈ ਉਹ ਕਰਨਾ ਚੱਕੂਗਾ ਹਨਾ ਉਹ ਗੱਲ ਤੇ ਇਹ 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 ਮਸ਼ੀਨ ਮੈਸਚੂ ਦੀ ਉਹ ਆ ਵੀ ਜਿਹੜੀ ਆਪਾਂ ਦੁਨੀਆ 'ਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਫਸਲ ਬੀਜਣ ਵਾਸਤੇ ਜਾਣੀ ਜਾਂਦੀ ਹੈ ਪੂਰੀ ਦੁਨੀਆ 'ਚ ਮਤਲਬ ਜੇ ਤੁਸੀਂ ਅੰਗਰੇਜ਼ਾਂ ਦੇ ਇਹਦੇ ਪ੍ਰਤੀ ਰਿਵਿਊ ਸੁਣੋਗੇ ਇਟਲੀ ਦੇ ਰਿਵਿਊ ਸੁਣ ਲਓ ਅਮਰੀਕਾ ਦੇ ਰਿਵਿਊ ਸੁਣ ਲਓ ਤਾਂ ਮੈਸਚੂ ਦੀ ਆਹ ਮਸ਼ੀਨ ਬਾਰੇ ਮੱਕੀ ਸਾਰੇ ਬੀਜਣਗੇ ਲੋਕ ਸਾਡੇ ਤੇ ਇੱਧਰ ਤਕਰੀਬਨ ਚਾਚਾ ਬਹੁਤ ਅਜੇ ਤਾਂ ਬੜੇ ਛੋਟੇ ਸਾਡੇ ਜੰਮਣ ਤੋਂ ਪਹਿਲਾਂ ਸ਼ੁਰੂ ਕੀਤਾ ਵੇਖੋ ਕਦੋਂ ਦਾ ਸਾਇਲੇਜ ਪੈ ਰਿਹਾ ਹੁਣ ਕਈ ਲੋਕ ਕਹਿਣਗੇ ਇੱਕ ਹੱਥਾਂ ਨਾਲ ਵੱਢ ਵੱਢ ਪਾਉਂਦੇ ਨੇ ਮੱਕੀ ਹਾਂ ਹੁਣ ਤਾਂ ਚਲੋ ਤਕਨੀਕ ਬਹੁਤ ਆ ਗਈ ਆ ਆ ਬਿੱਡ ਵਾਲੀ ਤਕਨੀਕ ਬਹੁਤ ਵੀਰੇ ਨਾਲੇ ਬਈ ਨਹੀਂ ਜਿਹੜਾ ਉਹ ਕਈ ਕਈ ਕਹਿਣਗੇ ਉਹ ਗੱਲ ਵਿੱਚ ਰਹਿ ਗਈ ਉਹ ਦੱਸ ਕੀ ਕਹਿਣਗੇ ਕਈ ਪਤਾ ਕੀ ਕਹਿੰਦੇ ਵੀਰੇ ਇੱਧਰ ਇਲਾਕਿਆਂ 'ਚ ਕੀ ਸਾਇਲੇਜ ਵਾਲੇ ਦੁੱਧ ਨਾਲ ਕੈਂਸਰ ਹੋ ਜਾਂਦਾ ਹੁਣ ਇਹ ਗੱਲ ਥੋੜੀ ਹੋਈ ਆ ਮੈਂ ਕਿਉਂਕਿ ਮੈਨੂੰ ਪਤਾ ਕਾਹਦਾ ਪਤਾ ਮੈਂ ਤੈਨੂੰ ਦੱਸਦਾ ਸਾਇਲੇਜ ਵਾਲੀ ਗੱਲ ਸੁਣ ਲਾ ਸਾਇਲੇਜ ਵਾਲੀ ਗੱਲ ਮੈਂ ਤੈਨੂੰ ਕੈਂਸਰ ਵਾਲੀ ਜਵਾਬ ਦਿੰਦਾ ਸਾਡੇ ਬਾਪੂ ਹੁਣੀ ਪਲੇ ਚਾਚੇ ਹੁਣੀ ਚਾਰ ਨਾਲ ਰੋਟੀਆਂ ਖਾ ਕੇ ਆਓ ਇਹ ਜਿਹੜੇ ਹੁਣ ਪਲਦੇ ਆ ਉਹ ਪਲਦੇ ਆ 3 ਡੰਗ ਤਾਜ਼ੀ ਸਬਜ਼ੀ ਨਾਲ ਠੀਕ ਆ ਕਿ ਨਹੀਂ ਤੇ ਸਭ ਤੋਂ ਵੱਧ ਕੈਂਸਰ ਕਦੋਂ ਆ ਹੁਣ ਦੇਖੋ ਇਹ ਡੰਗਰ ਦੀ ਇਹਦੀ ਸ਼ਕਤੀ ਪਾਚਨ ਸ਼ਕਤੀ ਘੱਟ ਲੱਗਦੀ ਪਚ ਜਾਂਦਾ ਆਪੇ ਹੀ ਇਹਨੇ 21 ਦਿਨ ਗਰਮ ਹੋਣਾ ਉਦੋਂ ਬਾਅਦ 21 ਦਿਨ ਠੰਡਾ ਹੋਣਾ ਇਹ ਤਾਂ ਆਪੇ ਹੀ ਸਾਰਾ ਪ੍ਰੋਸੈਸ ਹੋ ਜਾਂਦਾ ਇਹਦਾ ਡੰਗਰ ਦਾ ਲੀਵਰ ਦਾ ਜ਼ੋਰ ਘੱਟ ਲੱਗਦਾ ਇਹ ਯਾਰ ਮੋਟਾ ਜਿਹਾ ਤੁਹਾਨੂੰ ਮੈਂ ਦੱਸਦਾ ਵੀ ਅਚਾਰ ਦਾ ਗੱਲ ਕੱਟਣ ਲੱਗਾ ਵੀ ਬਾਹਰਲੇ ਮੁਲਕ ਦਾ 100% ਸਾਇਲੇਜ ਪੈਂਦਾ ਹਾਂ ਯੂਰਪ ਸਾਰੇ ਤੇ ਸਾਰੇ ਨੂੰ ਕੈਂਸਰ ਹੋਇਆ ਪਿਆ ਹਾਂ ਇਹ ਗੱਲ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਇੱਕ ਤੁਹਾਨੂੰ ਮੈਂ ਹੋਰ ਮੋਟਾ ਜਿਹਾ ਹਿਸਾਬ ਦੱਸਦਾ ਵੀ ਅਸਲ ਕਹਾਣੀ ਕੀ ਹੁੰਦੀ ਆ ਜਿਹੜਾ ਜਿਹੜੀ ਮੱਕੀ ਆ ਜਿਹੜੀ ਚਰੀ ਆ ਕਣਕ ਆ ਚਾਹੇ ਉਹ ਬਰਸੀਨ ਆ ਚਾਹੇ ਉਹਦੇ ਨਾ ਪੱਠਿਆਂ ਦੇ ਸਿਰਫ 10 ਦਿਨ ਹੁੰਦੇ ਆ ਜਦੋਂ ਉਹਦੇ 'ਚ ਪੌਸ਼ਟਿਕਤਾ ਪੀਕ 'ਤੇ ਹੁੰਦੀ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਜਦੋਂ ਅਸੀਂ ਗੋਡੇ ਗੋਡੇ ਨੂੰ ਵਾਢਾ ਲਾਉਂਦੇ ਹਾਂ ਉਦੋਂ ਵੀ ਗਲਤ ਹੁੰਦਾ
ਜਦੋਂ ਅਸੀਂ 15 ਦੇਣੀ ਪੱਠੇ ਅਸੀਂ ਪੌਸ਼ਟਿਕ ਪਾਉਂਦੇ ਹਾਂ, ਉਦੋਂ ਬਾਅਦ ਪੱਕ ਗਏ ਉਹ ਵੱਢੀ ਤੁਰੇ ਆਉਂਦੇ ਹਾਂ, ਚਰੀ ਲਾਲ ਜੀ ਹੋਈ ਵੱਢੀ ਤੁਰੇ ਆਉਂਦੇ ਹਾਂ, ਉਹ ਵੀ ਬੇਕਾਰ ਆ। ਹੁਣ ਉੱਥੇ ਕੀ ਹੁੰਦਾ ਕਿ ਉੱਥੇ ਅਸੀਂ 3 ਮਹੀਨੇ ਪੱਠੇ ਵੱਢਦੇ ਹਾਂ, ਸਿਰਫ ਉਹ 'ਚੋਂ 15 ਦਿਨ ਤਾਕਤ ਵਾਲੇ ਪੱਠੇ ਪਾਉਂਦੇ ਹਾਂ, ਬਾਕੀ ਦਿਨ ਬੇਕਾਰ ਪੱਠੇ ਪਾਉਂਦੇ ਹਾਂ, ਤੂੜੀ ਪਾਉਂਦੇ ਹਾਂ। ਤਾਂ ਇੱਥੇ ਕੀ ਆ, ਉਸ 15 ਦਿਨਾਂ ਦੇ ਅੰਦਰ ਅੰਦਰ 4 ਪੈ ਜਾਣ, ਹਾਂਜੀ, ਤਾਂ ਉਹ ਤੁਸੀਂ ਸਾਰਾ ਸਾਲ ਟੌਪ ਦੇ ਪੌਸ਼ਟਿਕ ਪੱਠੇ ਪਾਉਣੇ। ਬਾਈ ਲੋਕਾਂ ਨੂੰ ਪੱਠਿਆਂ ਦੇ ਸੰਬੰਧ 'ਚ ਇਹ ਗੱਲ ਨਹੀਂ ਪਤਾ, ਦੁਨੀਆ ਦੀ ਹਰ ਇੱਕ ਚੀਜ਼ ਇੱਕ ਟਾਈਮ ਪੱਕਦੀ, ਪਹਿਲਾਂ ਉਹ ਕੱਚੀ ਹੁੰਦੀ, ਮੁੜ ਕੇ ਉਹ ਗਲ ਜਾਂਦੀ, ਓਵਰ ਹੁੰਦੀ ਹੈ, ਓਵਰ ਹੋ ਜਾਂਦੀ ਹੈ, ਠੀਕ ਹੈ ਨਾ, ਸਮਾਂ ਹੁੰਦਾ। ਹਾਂ, ਉਹ ਇਹ ਪੱਠੇ ਨਾਲੇ ਯੀਲਡ ਜ਼ਿਆਦਾ, ਝਾੜ ਜ਼ਿਆਦਾ, ਕਿਤੇ ਅਸੀਂ ਐਡੇ ਐਡੇ ਪੱਠੇ ਵੱਧ ਲਏ, ਮੰਨ ਲਓ 100 ਮਣ ਨਿਕਲਨੇ ਆ, ਕਿਤੇ ਐਡੇ ਐਡੇ ਵੱਡੇ 500 ਮਣ ਨਿਕਲਣੇ। ਇੱਕ ਬਾਈ ਹੋਰ ਚੀਜ਼ ਆ, ਜਿਵੇਂ ਸਾਇਲੇਜ ਨਾ ਨਾ ਮੰਨ ਕੇ ਚੱਲੋ, ਆਪਣੇ ਕੋਲ ਹੁਣ 50 ਡੰਗਰ ਆ, ਆਪਣਾ ਇੱਕ ਬੰਦਾ ਹੀ 50 ਡੰਗਰਾਂ ਨੂੰ ਸਾਂਭ ਲੈਂਦਾ, ਵਜ੍ਹਾ ਪਤਾ ਕੀ ਆ, ਕਿਉਂਕਿ ਉਹਨੇ ਸਵੇਰੇ ਉੱਠਣਾ, ਜੇ ਉਹਨੇ ਪੱਠੇ ਪਾਉਣੇ ਆ, ਪੱਠੇ ਕੁਤਰੇ ਪਏ ਆ, ਉਹਨੇ ਤੂੜੀ 'ਚ ਥੋੜੇ ਜਿਹਾ ਲਾ ਕੇ ਦੇ, ਸਾਰੇ ਡੰਗਰਾਂ ਖੁਰਲੀਆਂ ਭਰਤੀਆਂ, ਡੰਗਰ ਰੱਜ ਗਏ, ਇਹ ਨਹੀਂ ਕਿ ਉਹਨੇ 50 ਡੰਗਰਾਂ ਲਈ ਪਹਿਲਾਂ ਟਰਾਲੀ ਵੱਢਣ ਜਾਣੀ। ਪਿੱਛੇ ਫਿਰਦਾ 50 ਨਹੀਂ 500 ਡੰਗਰ ਮੈਂ ਯੂਰਪ 'ਚ ਦੇਖ ਕੇ ਆਇਆ। ਗੱਲ ਕਰਦੇ ਆ ਆਪਾਂ ਆਪਦੀ ਗੱਲ ਕਰਦੇ ਵੀ, ਜਿਵੇਂ ਵੀ ਡੰਗਰ ਸਾਹਮਣੇ ਬਹੁਤ ਸੌਖੇ, 50% ਬੰਦੇ ਦੀ ਖੇਚਲ ਵੱਜ ਜਾਂਦੀ ਸਾਇਲੇਜ ਇੱਕ। ਮੈਂ ਇੱਕ ਮੋਟੀ ਜਿਹੀ ਗੱਲ ਦੱਸਾਂ ਵੀਰੇ, ਤੁਸੀਂ ਵੇਖਿਆ ਚਾਹੇ ਤੁਹਾਨੂੰ ਪਤਾ, ਜਿਹੜੇ ਕਾਫ ਸਾਇਲੇਜ ਨਾ ਪਲਦੇ ਨਾ, ਉਹ ਤੁਹਾਡੇ ਹਰਿਆਣਾ ਨਹੀਂ ਪਲਦੇ, ਮਰਦੇ ਹੀ ਮਰਦੇ ਆ, ਮੋਗਲਾ ਕੇ ਮਰ ਜਾਂਦੇ। ਉੱਦਾਂ ਚੈੱਕ ਕਰਾ ਦੇਣਾ ਵੀਰੇ, ਆਪਣੇ ਕੋਲ ਜਿੰਨੀਆਂ ਮੱਝਾਂ, ਇੱਕ ਦਾ ਕਾਫ ਕੋਈ ਮੱਝ ਡੰਗਰ ਭੁੱਲ ਜੇ ਫਿਰ ਮਰ ਗਿਆ, ਨਹੀਂ ਤਾਂ ਸਾਰੇ ਜਿਉਂਦੇ ਤਾਂ ਐਡੇ ਐਡੇ ਆ, ਪਿੱਛੋਂ ਵੀ ਐਡੇ ਐਡੇ ਆ। ਇੱਕ ਇੱਕ ਤੁਹਾਨੂੰ ਹੋਰ ਕੰਮ ਦੀ ਗੱਲ ਦੱਸਦਾ, ਜਿਹੜੀ ਗੱਲ ਆ ਬਈ, ਜਿੰਨੇ ਹੁਣ ਸਾਡੇ ਕਬੱਡੀ ਟੂਰਨਾਮੈਂਟ ਮਿਸ ਹੁੰਦੇ ਆ, ਵਿਆਹ ਮਿਸ ਹੁੰਦੇ ਆ, ਤੇ ਜ਼ੁਕਾਮ ਲੱਗਦਾ, ਠੰਡ ਲੱਗਦੀ ਆ, ਨਮੂਨੀਆ ਹੁੰਦਾ, ਉਹ ਸਾਰਾ ਪੱਠਿਆਂ ਵਾਲਾ ਕੇਸ ਹੈ। ਇਹ ਚੁੱਪ ਕਰਕੇ ਪੱਟਿਆ ਪਟਾਇਆ ਵੱਡਿਆ ਵਢਾਇਆ, ਪੱਟ ਕੇ 2 ਪੰਡਾ ਕਹਿ ਦੇ, ਬੀਬੀ ਮੈਂ ਤਾਂ ਕੌਡੀਆਂ ਦੇਖਣ ਚੱਲਿਆ, ਤੂੰ ਦੇਖ ਸਕਦਾ ਕੌਡੀ, ਮੇਲਾ ਮਾਗੀ ਦਾ ਉਹ ਹੀ ਗੱਲ ਚੱਲੀ ਕਿ 500 ਬੰਦੇ ਸਾਂਭ ਲੂ, ਜਦੋਂ ਚੀਜ਼ ਦੀ ਪੱਟੀ ਪਟਾਈ ਮਿਲ ਗਈ, ਜਿਹੜੀ ਆਪਦੇ ਕੋਲੇ 100 ਮੱਝ, ਇੱਕ ਵੇਰੇ ਸਵੇਰੇ ਅੱਧਾ ਘੰਟਾ ਲਾ ਕੇ 2 ਬੰਦਿਆਂ ਨੇ ਪੱਟੇ ਪਾ ਦੇਣੇ, ਅਗਲੇ 24 ਘੰਟਿਆਂ ਬਾਅਦ ਵੇਖ। ਉਧਰੋਂ ਯਾਰ ਕੌਡੀ ਦਾ ਪੂਰਾ ਸਿਰੇ ਦਾ ਮੈਚ ਹੁੰਦਾ, ਉਧਰੋਂ ਮੇਰੇ ਵਰਗਾ ਕਹਿੰਦਾ ਯਾਰ ਸਵੇਰ ਤਾਂ ਲਿਆਂਦੇ ਨਹੀਂ ਗਏ ਤੇਲੇ ਪੱਠੇ, ਪੱਠੇ ਵੀ ਲਾਉਣੇ ਆ, ਪਰ ਛੱਡ ਕੇ ਉੱਠਣਾ ਔਖਾ। ਆ ਤੁਸੀਂ ਆ ਜਿਹੜੀ ਵੀਡੀਓ ਪਾਈ ਕੱਲ ਬਾਈ ਸਵੇਰੇ, ਕੱਲ ਸ਼ਾਮੀ ਪਾਈ ਵੀਡੀਓ ਕੀ, ਮੱਲੋ 2, 21, 22, 23, 24 ਦੇ ਪੱਠੇ ਵੱਢ ਕੇ ਰੱਖ ਲਓ। ਹਾਂ ਵੀ ਉਹ ਤੇ ਚੜਕ ਮੇਲ ਹੈ, ਮੇਲਾ ਚੜਕ। ਮੈਂ ਚੁਟਕਲਾ ਸੁਣਾਵਾਂ, ਅੱਜ ਤੋਂ 30-40 ਸਾਲ ਪਹਿਲਾਂ ਜਦੋਂ ਇੱਕ ਦੋ ਮੱਝਾਂ ਹੁੰਦੀਆਂ ਨਾ, ਪਹਿਲਾਂ ਥੀਰੀ ਨੇ ਪੱਠੇ ਵੱਢਣ ਜਾਣਾ, ਉਹਨੇ ਨਾਲ ਘੈਂਟਾ ਮੁੜਨਾ, ਉਹਦੇ ਨਾਲ ਛਿੱਤਰੋ ਛਿੱਤਰੀ ਹੋਣਾ, ਮੁੜ ਕੇ ਆ ਕੇ ਟੋਕਾ ਖਰਾਬ ਹੋ ਜਾਣਾ, ਟੋਕਾ ਠੀਕ ਕਰਾਉਣਾ ਉਦੋਂ ਬਿਜਲੀ ਚਲੀ ਜਾਣੀ, ਜੇ ਬਿਜਲੀ ਆਉਣੀ ਮੁੜ ਕੇ ਥੀਰੀ ਨੇ ਕਹਿਣਾ ਜੀ ਮੈਂ ਤਾਂ ਉਹੀ ਤੁਹਾਡੇ ਵਾਲੀ ਗੱਲ, ਮੇਲਾ ਵੇਖਣ ਚੱਲਿਆ, ਫੇਰ ਸੀਰੀ ਨਾਲ ਸਿਆਪਾ, ਉਧਰੋਂ ਘਰੋਂ ਦੁੱਧ ਲੇਟ ਹੋ ਜਾਣਾ, ਘਰੋਂ ਸਿਆਪਾ ਡੈਰੀ ਵਾਲੇ ਨੇ ਆਵਾਜ਼ਾਂ ਮਾਰੀ ਜਾਣਾ, ਉਹ ਦੁੱਧ ਪਾ ਜਾਓ, ਦੁੱਧ ਪਾ ਜਾਓ, ਉਧਰੋਂ ਫੇਰ ਸਿਆਪਾ ਡੈਰੀ ਵਾਲੇ ਨਾਲ, ਉਧਰੋਂ ਮੁੜ ਕੇ ਜਦੋਂ 15 ਲੈਣ ਆਉਣਾ, 15 ਭੈਣ ਕੀ ਮਿਲਣੀ, ਸਵਾਹ ਮਿਲਣੀ, ਉਦੋਂ 500 ਦੀ ਥਾਂ ਤੇ 300 ਮਿਲਣੀ, ਉਦੋਂ ਜਾ ਕੇ ਜਵਾਕ ਕੁੱਟਣੇ ਨਾਲ ਜਨਾਨੀ ਨਾਲ ਲੜਨਾ, ਸਿਆਪੇ ਉਹ ਸਾਰੇ ਸਿਆਪਿਆਂ ਦਾ ਮਸਲੇ ਦਾ ਹੱਲ ਆ ਮਸ਼ੀਨ ਆ, ਮਸ਼ੀਨ ਆ ਮਸਲੇ ਦਾ ਹੱਲ ਆ ਮਸ਼ੀਨ ਆ ਵੀ ਭਾਈ, ਐਨੇ ਲੜਾਈਆਂ ਦਾ ਹੱਲ ਆ ਪਈ ਆ, ਤੇ ਨਾਲੇ ਤਾਂ ਜਨਾਨੀਆਂ ਨਾ ਕੁੱਟੋ, ਨਾਲੇ ਜਵਾਕ ਨਾ ਕੁੱਟੋ, ਨਾ ਸੀਰੀ ਨਾਲ ਲੜੋ, ਆਲਰੇਡੀ ਵਿੱਚ ਆ ਤੁਹਾਡਾ ਫੀਡ ਦਾ ਫਾਰਮੂਲੇ ਦਾ ਖਰਚਾ ਹੀ ਘੱਟ ਗਿਆ, ਤੁਹਾਡੀ ਫਸਲ ਤਾਂ ਉਹ ਹੀ ਬੀਜੀ ਜਾਣੀ ਆ, ਕੋਈ 5 ਦਿਨ ਨਾ ਦਾਣਾ ਫਰਕ ਨਹੀਂ, ਪਤਾ ਕੀ ਫਾਇਦਾ ਸਾਇਲੇ, ਇਹ ਤੀਜੀ ਫਸਲ ਦੇ ਦਿੰਦਾ,
ਜਦੋਂ ਤੁਸੀਂ ਆਲੂ ਪੱਟ ਲਏ ਮੋਸਟਲੀ ਉਦੋਂ ਹੀ ਲੱਗਣੀ ਆ ਨਾ, ਉਸ ਤੋਂ ਬਾਅਦ ਝੋਨਾ ਫੇਰ ਲੱਗ ਜਾਣਾ, ਝੋਨਾ ਲਾ ਕੇ ਫੇਰ ਮੁੜ ਕੇ ਦੂਜੀ ਫਸਲ, ਤਿੰਨ ਫਸਲਾਂ ਦਾ ਇਹ। ਤੇ ਇੱਕ ਪੈਕੇਜ ਨਾਲ ਦੇ ਦੋਗੇ ਥੋੜਾ ਜਿਹਾ ਵੀ ਯਾਰ ਤੁਹਾਨੂੰ ਮਿਲਣ ਵਾਲੇ ਲੋਕ ਹੁੰਦੇ ਵਿੱਚ ਦੀ, ਕਿਤੇ ਨਾ ਕਿਤੇ ਆਪ ਜਾਵੜਾ ਕਰੋਗੇ ਮਸ਼ੀਨ? ਆਪ ਜਾਇਆ ਕਰਾਂਗੇ ਵੀਰੇ ਨਾਲ, ਆਪ ਇੱਕ ਬੰਦਾ, ਮੈਂ ਜਾਂ ਮੋਟਾ ਇੱਕ ਬੰਦਾ ਨਾਲ, ਇੱਕ ਬੰਦਾ ਹੋਇਆ ਹੀ ਕਰੂ ਨਾਲ, ਫਿਰ ਬੀਜ ਦੇਣੀ, ਫਿਰ ਇੰਨੀ ਜਨਤਾ ਇਕੱਠੀ ਹੋ ਜਾ ਕਰੂਗੀ। ਨਹੀਂ ਨਹੀਂ ਮੋਹ ਪਿਆਰਾ ਜੇ ਉਹਨਾਂ ਕਰਕੇ ਬੰਦਾ ਡੱਡ ਹੋਊਗਾ, ਅਸੀਂ ਨਾਲ ਬਹਿਣ ਵਾਲੇ, ਇਹ ਤਾਂ ਚੈਨ ਟੁੱਟ ਜੂਗੀ। ਕੱਲ ਦਾ ਸਮਾਂ ਦਿੱਤਾ ਜਿੱਥੇ ਗੱਲੀ ਲੱਗ ਗਏ, ਕੱਲ ਵਾਲਾ ਕਿਵੇਂ ਕਿੰਨੀ ਦੂਰੀ ਸੈੱਟ ਹੋਣੀ ਆ, ਕਿੰਨੀ ਦਾਣੇ ਤੋਂ ਦਾਣਾ ਰੱਖਣਾ, ਇਹ ਜਦੋਂ ਜਦੋਂ ਆਪਾਂ ਵਰਤਾਂਗੇ ਤਿਉਂ ਤਿਉਂ ਆਪਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਜਿਮੀਦਾਰ ਮਿਲਣਗੇ, ਅਲੱਗ ਅਲੱਗ ਉਹਨਾਂ ਦੇ ਤਜਰਬੇ ਲਿਆਉਣੀ, ਵੱਢਣ ਵਾਲੀ ਵੀ ਆਪਾਂ, ਹਾਂ ਲਿਆਉਣੀ ਲਿਆਉਣੀ ਵੀਰੇ, ਵੱਢਣ ਵਾਲੀ ਵੀ ਲਿਆਉਣੀ, ਕਿਉਂਕਿ ਵੀਰੇ ਹੁਣ ਕਈ 2 ਕਿੱਲਿਆਂ ਵਾਲੇ ਪੰਜਾਂ ਦੇ ਕਹਿੰਦੇ 2 ਕਿੱਲਿਆਂ ਦੇ ਵੱਢਣ ਵੀ ਨਹੀਂ ਜਾਂਦਾ, ਉਹ ਜਿਹੜੀ ਮਸ਼ੀਨ ਹੁਣ ਅੱਜ ਕੱਲ੍ਹ ਪਿੰਡਾਂ ਚੱਲਣ ਦੀ ਆ ਚਾਚਾ 1 ਕਰੋ ਵਾਲੀ ਆ, ਉਹ 3 ਕਿੱਲੇ ਵੱਢਦੀ, ਉਹ ਕਿੰਨੇ ਕੁ ਪਿੰਡ 'ਚ ਇੱਕ ਵੀ ਨਹੀਂ ਸਾਡੇ ਹੈਗੀ। ਭਾਈ ਸੁਖਜਿੰਦਰ ਇੱਕ ਹੋਰ ਦੱਸਦਾ ਤੈਨੂੰ ਗੱਲ, ਜਦੋਂ ਆਪਾਂ ਥਾਣਾ ਥਾਈ ਲਈ ਪਾਉਂਦੇ ਨਾ, ਜਿਹੜਾ ਮੇਰਾ ਜਾਤੀ ਤਜਰਬਾ, ਇੱਕ ਦਿਨ ਲੇਬਰ ਉਹੀ ਗੱਲ, ਮੇਲੇ 'ਤੇ ਚਲੀ ਗਈ, ਕੋਈ ਵਿਆਹ ਚਲੀ ਗਈ, ਇੱਕ ਦਿਨ ਕਿਤੇ ਤੁਸੀਂ ਵੱਢ ਕੇ ਰੱਖਤਾ ਨਾ, ਅਤੇ ਅਗਲੇ ਦਿਨ ਜਿਹੜੀ ਢੇਰੀ ਚੱਕੋਗੇ ਇਹਦੇ ਥੱਲੇ ਸਾਪੂ, ਜਿਹੜੀ ਢੇਰੀ। ਅਸੀਂ ਥੋੜ੍ਹੇ ਦਿਨ ਪਹਿਲਾਂ ਇੱਥੇ ਫਿਰਦਾ ਵੇਖਿਆ ਕੋਲੇ, ਢੇਰੀਆਂ ਪਈਆਂ ਹੁੰਦੀਆਂ, ਉਹ ਦਿਨ ਉੱਦਾਂ ਦੇ ਹੁੰਦੇ ਆ, ਬਾਰਿਸ਼ ਬੁਰਸ਼ ਹੋ ਜਾਵੇ ਸਲਾਬੇ ਦੇ। ਆਪਾਂ ਹੋਰ ਨਾ ਕਰੀਏ, ਜਦੋਂ ਆਪਾਂ ਕਿਸੇ ਵੱਡੇ ਸਟੋਰ ਤੋਂ ਕੱਪੜੇ ਕੁੱਪੜੇ ਖਰੀਦਦੇ ਆਪਾਂ ਕੀ ਕਰਦੇ ਹੁੰਦੇ ਹਾਂ, ਉਹਨਾਂ ਨੂੰ ਆਪਾਂ ਫੋਨ ਨੰਬਰ ਲਿਖਾ ਦਿੰਦੇ ਹਾਂ, ਉਹ ਕਈ ਵਾਰੀ ਡੇਟ ਆਫ ਬਰਥ ਲਿਖ ਲੈਂਦੇ ਆ, ਫਿਰ ਉਹ ਜਨਮ ਦਿਨ 'ਤੇ ਮੁਬਾਰਕ ਭੇਜਦੇ ਆ। ਐਵੇਂ ਆਪਾਂ ਡੈਰੀ ਲਾ ਦਈਏ ਜਿਹਦੇ ਬੀਜਿਆ, ਉਹਦਾ ਨਾਲ ਦੀ ਨਾਲ ਹੀ ਉਹਨੂੰ ਕਹਿ ਦਈਏ ਵੀ ਭਾਈ 1 ਤਰੀਕ ਨੂੰ ਬੀਜਿਆ ਸੀ, ਹੁਣ ਤੇਰਾ 1 ਤਰੀਕ ਨੂੰ ਵੱਢਣ ਵਾਲਾ, ਅਸੀਂ ਆ ਗਏ, ਤੂੰ ਆ ਜਾ ਕੇ ਟਰਾਲੀ ਲੈ ਕੇ। ਹਾਂ, ਕਈ ਜਿਵੇਂ ਸਾਡੇ ਏਰੀਆ ਜ਼ਿਆਦਾ ਫਾਰਮ ਕਰਕੇ ਜਾਂ ਇੱਧਰ ਤੁਹਾਡੇ ਵਾਲੇ ਏਰੀਆ 'ਚ ਫਾਰਮ ਜ਼ਿਆਦਾ ਕਰਕੇ ਇਹ ਸਾਈਲੇਜ ਪਾਉਂਦੇ, ਕਈ ਹੁਣ ਜਿਵੇਂ ਪਕਾਵੀ ਵੀ ਰੱਖਦੇ, ਉਹਨਾਂ ਨੂੰ ਫਿਰ ਕਹਿ ਦਿਆਂਗੇ ਭਾਈ ਹੁਣ ਆਦਾ ਕਰੋ, ਪੱਕਣ ਵਾਲੀ ਹੋ ਗਈ, ਸਾਡੇ ਕਤਰਾ ਲਓ, ਆਪਦੀ ਕਤਰਾ ਲਓ ਨੀ, ਆਪਦੀ ਵੱਡੀ ਕੰਬਾਈਨ ਨਾਲ ਵਢਾ ਲਓ, ਆਪਾਂ ਤਾਂ 4 ਪਾਉਣ ਵਾਲੇ ਆ, ਤੁਹਾਡੇ 4 ਵੀ ਪਾਵਾਂਗੇ ਵੀਰੇ, ਜੇ ਕਿਸੇ ਦੇ 2 ਕਿੱਲੇ ਬੀਜ ਗਏ ਨਾ, ਉਹ ਆਪਣਾ ਫੋਨ ਲਾਊਗਾ, ਆਪਾਂ ਉਹਦਾ 4 ਵੀ ਪਾ ਕੇ ਆਵਾਂਗੇ ਵੱਡੀ ਮਸ਼ੀਨ। ਨਹੀਂ ਨਹੀਂ ਬਣਦਾ ਯਾਰ, ਕੰਬਾਈਨ ਜਿਹੜੀ ਵੱਡੀ ਨਾ, ਐਂ ਨਹੀਂ ਕਿ ਉਹਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਹੋਊਗੀ ਕਿ ਮੇਰੇ ਕੋਲ ਟਰੈਕਟਰ ਵਾਲੀਆਂ, ਉਹਦਾ ਇੰਤਜ਼ਾਮ ਕਰਾਵਾਂਗੇ। ਜੇ ਤੁਸੀਂ ਇਹ ਕੰਮ ਕਰਤਾ, ਤੁਸੀਂ ਇਹ ਦੇਖ ਲਓ, ਤੁਸੀਂ ਹੈਗੇ ਯੰਗ ਮੁੰਡੇ, ਉੱਠਦੇ ਹਾਂਜੀ, ਤੁਹਾਨੂੰ ਦੇਖ ਕੇ ਬਹੁਤ ਸਾਰੇ ਮੁੰਡੇ ਹੋਰ ਰੁਜ਼ਗਾਰ ਲੱਗਣੇ, ਕਰਨਾ ਚਾਹੀਦਾ ਵੀਰੇ। ਉਹ ਕਹਿੰਦਾ ਯਾਰ ਜੇ ਗੱਗੂ ਹੁਣ ਹੀ ਕਰ ਸਕਦੇ ਆ, ਮੈਂ ਕਾਹਤੋਂ ਨਹੀਂ ਕਰ ਸਕਦਾ। ਹੈਂ, ਬਾਲੇ ਮੁੰਡੇ ਜਿੱਡੇ ਜਿੱਡੇ ਤੁਸੀਂ ਡੈਕ ਟੱਪੜੇ ਲਵਾਏ ਆ, ਇਕੱਲੇ ਗੇੜੇ ਹੀ ਭਾਂਡੇ ਹੀ ਸਿੱਟਦੇ ਤੁਰੇ ਫਿਰਦੇ ਧਮਕ ਨਾਲ। ਹੈਂ, ਇਹ ਅਸਲ ਦੇ ਵਿੱਚ ਜਿੱਥੇ ਖੇਤ 'ਚ ਚੱਲਣ ਵਾਸਤੇ ਲੱਗਿਆ ਉੱਥੇ ਹੀ ਲੱਗਿਆ ਵਾ, ਇਹ ਉੱਥੇ ਹੀ ਨਜ਼ਾਰਾ ਦੇਊਗਾ, ਇਹ ਚੱਲਦਾ ਹੀ, ਫੇਰ ਹੀ ਸਹੀ ਗੱਲ ਆ ਦਾ ਕੰਮ। ਹੈਂ, ਵੀ ਇਕੱਲੇ ਪਿੰਡ 'ਚ ਨਹੀਂ, ਇਹ ਜਦੋਂ ਖੇਤ 'ਚ ਚੱਲਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਚੱਲਦੀ ਹੋਈ, ਉਦੋਂ ਫਿਰ ਤੂੰ ਦੇਖ ਲਈ 10 ਮਿੰਟਾਂ 'ਚ ਇਕੱਲਾ ਬੀਜੂ, ਬੰਦਾ ਛੇਤੀ ਛੇਤੀ ਕੰਮ ਨਵੇੜਦਾ। ਜਿਵੇਂ ਤੁਸੀਂ ਕਿਹਾ ਕਿ ਉਹ ਲੋਕ ਮੋਟੀਵੇਟ ਹੁੰਦੇ ਆ, ਮੈਂ ਤਾਂ ਵੀਰੇ ਸਾਰਿਆਂ ਨੂੰ ਕਹਿੰਦਾ ਕਿ 10 ਤੋਂ 15 ਮੱਝਾਂ ਰੱਖ ਲਓ, ਕੈਨੇਡਾ ਨਾ ਜਾਇਓ, ਪਰ ਇੱਥੇ ਰੱਖ ਲਓ, 20 ਰੱਖ ਲਓ, 30 ਰੱਖ ਲਓ, ਇੱਕ ਬੰਦਾ ਰੱਖ ਲਓ ਨਾਲ, ਉਹਨਾਂ ਸਾਂਭੀ ਚੱਲੇ। ਨਾਲੇ ਇੱਕ ਗੱਲ ਇਹ ਆ, ਜੇ 20 ਮੱਝਾਂ 'ਤੇ ਮੰਨ ਲਓ ਪੈਸੇ ਲਾਤੇ ਨਾ, ਉਹ ਤੁਸੀਂ ਕੋਈ ਏਜੰਟ ਨੂੰ ਨਹੀਂ ਦਿੱਤੇ, ਉਹ ਘਰੇ ਉਹ ਤੇਰੇ ਘਰੇ ਖੜੀਆਂ, ਕੋਈ ਗੱਲ ਨੀ, ਜੇ ਤੈਨੂੰ ਲੱਗਦਾ ਤੇਰੀਆਂ 19 ਦੀਆਂ ਤਾਂ ਹੈਗੀਆਂ ਹੀ ਆ ਉਹ, ਹਾਂ ਤੇ ਜੇ ਬਾਬਾ ਮੇਹਰ ਕਰੇ ਉਹਨਾਂ ਦੇ ਕਾਫ ਬਚ ਗਏ, ਉਹ ਫੇਰ ਗਾਂ ਫੇਰ ਹੋ ਗਈਆਂ ਹਨਾ। ਮੇਰੇ ਕੋਲ ਘਰੋਂ ਪਹਿਲਾਂ ਮੈਂ ਘਰੇ ਰੱਖੇ ਮੱਝਾਂ, 2-3 ਮੱਝਾਂ ਸੀ, ਮੈਨੂੰ ਪਤਾ ਨੀ ਲੱਗਾ 2 ਦੀਆਂ 5 ਕਦੋਂ ਹੋਈਆਂ, 5 ਦੀਆਂ 10 ਕਦੋਂ ਹੋਈਆਂ, 10 ਦੀਆਂ 50 ਤੇ 50 ਦੀਆਂ 100 ਕਦੋਂ ਹੋਈਆਂ, ਤੁਹਾਨੂੰ ਵਾੜਾ ਦਿਖਾ ਕੇ ਲਿਆ, 100 ਮੱਝ ਮੇਰੀ ਤਾਂ ਸਾਲਾਂ 'ਚ ਹੀ ਹੋ ਗਈ। ਨਹੀਂ ਜਮਾਂ ਸਹੀ ਆ, ਅਸਲ 'ਚ ਲੋਕੀ ਡਰ ਜਾਂਦੇ ਵੀਰੇ ਕਿ 1 ਸਾਲ 'ਚ ਹੀ ਡੰਗਰ ਕਮਾਈ ਦੇ, 3 ਸਾਲ ਬਾਅਦ ਡੰਗਰ ਆਪਦਾ ਮੋੜਦਾ, ਕਿਉਂਕਿ ਜਦੋਂ ਉਹਦਾ ਬੱਚਾ ਤਿਆਰ ਹੋ ਜਾਂਦਾ ਮਗਰ।
ਅਸਲ 'ਚ ਗੱਲ ਹੀ ਇੱਥੋਂ ਬਣੀ ਆ ਵੀ ਪਹਿਲੇ ਸਾਲ ਹੱਟੀ ਤੇ ਫਿਰ ਖਮੀ ਕਹਿੰਦੇ ਖੱਟੀ ਤੇ ਫਿਰ ਚੱਟੀ ਚੱਟੀ ਤੇ ਫਿਰ ਬੱਟੀ ਹਾਂ ਖੱਟੀ ਹੈ ਨਾ ਉਹ ਐਂ ਕਹਿੰਦੇ ਹੁੰਦੇ ਉਹ ਅਸਲ ਦੇ ਵਿੱਚ ਮੇਰੇ ਹਿਸਾਬ ਨਾਲ ਫਿਰ ਮੱਝਾਂ ਤੋਂ ਹੀ ਬਣੀ ਹੈ ਇਹ ਸਹੀ ਆ ਵੀਰੇ ਉਦਾਹਰਨ ਵੀ ਸਹੀ ਆ ਕਿਉਂਕਿ ਤੀਜੇ ਸਾਲ ਜਦੋਂ ਉਹ ਕਾਫ ਜਦੋਂ ਝੋਟੀ ਆਪਣੀ ਰਲ ਗਈ ਜਿਹੜੀ ਮੱਝ ਆਪਾਂ ਕੱਢ ਸਕਦੇ ਉਹਨੂੰ ਵੇਚ ਕੇ ਆਪਣੇ ਪੈਸੇ ਆ ਗਏ ਤੇ ਨਵੀਂ ਨਸਲ ਦੀ ਬਰੀਡਿੰਗ ਕਰ ਲਈ ਆਪਾਂ ਚੰਗੀ ਦੀ ਬਰੀਡਿੰਗ ਵਾਲੀ ਆਪਣੇ ਕੋਲ ਝੋਟੀ ਘਰੇ ਹੋ ਗਈ ਨਾਲੇ ਉਹ ਪਤਾ ਨਾਲੇ ਘਰ ਦੀ ਹੱਥੀ ਪਲੀ ਆ ਜੇ ਕੋਈ ਆਪਣੀਆਂ 10 ਮੱਝਾਂ ਸ਼ੁਰੂ ਕਰਦਾ 3 ਸਾਲ ਬਾਅਦ ਪ੍ਰੋਫਿਟ ਆ ਇਹਦਾ ਕੋਈ ਪਰ ਖਰਚਾ ਚੱਲੀ ਜਾਂਦਾ ਇੱਕ ਹੋਰ ਫਾਇਦਾ ਵੀਰੇ ਆੜਤੀ ਨੂੰ 6 ਮਹੀਨੇ ਨਹੀਂ 10 ਦਿਨਾਂ ਬਾਅਦ ਪੈਸੇ ਦੱਸੀ ਹਾਂ ਯਾਰ ਮੈਂ ਦੇਖਿਆ ਅਸੀਂ ਨਾ ਇੱਕ ਮੈਂ ਤੇ ਹਰਭੇ ਨੇ ਇੰਟਰਵਿਊ ਕੀਤੀ ਬੱਕਰੀਆਂ ਵਾਲੇ ਦੀ ਤੇ ਉਹ ਬੱਕਰੀਆਂ ਵਾਲੇ ਨੇ ਬੜੀ ਕੰਮ ਦੀ ਗੱਲ ਦੱਸੀ ਉਹ ਕਹਿੰਦਾ ਬਾਈ ਠੀਕ ਆ ਸਾਡੇ ਮੈਰੇ ਲੀੜੇ ਆ ਗਿੱਟੇ ਸਾਡੇ ਕਾਲੇ ਹੋਏ ਪਏ ਤੁਰਿਆਂ ਫਿਰਦਿਆਂ ਦੇ ਸਾਨੂੰ ਦੇਖ ਕੇ ਕਹਿੰਦਾ ਕੋਈ ਵੀ ਬੰਦਾ ਗਰੀਬ ਕਹਿ ਦਿੰਦਾ ਪਰ ਬੱਕਰੀ ਵਾਲਾ ਕੋਈ ਗਰੀਬ ਨਹੀਂ ਹੁੰਦਾ ਬੱਕਰੀ ਵਾਲੀ ਦੀ ਜੇਬ 'ਚੋਂ 10 ਪਰੋਂ ਨੋਟ ਤਾਂ ਨਿਕਲੇ ਹੋਣਗੇ ਜਿਹੜੇ ਲੋਕਾਂ ਤੋਂ ਉਹਨੇ ਪੈਸੇ ਲੈਣੇ ਆ ਕਹਿੰਦਾ ਬੱਕਰੀ ਵਾਲੇ ਨੂੰ ਕੋਈ ਆਏ ਨਹੀਂ ਕਹਿੰਦਾ ਵੀ ਉਧਾਰ ਦੇਣਾ ਓਏ ਤੂੰ ਸਾਡੀ ਗਲੀ ਬਾਈ ਦੀ ਲੰਘਦਾ ਨਹੀਂ ਬੱਕਰੀ ਵਾਲਾ ਕਹਿੰਦਾ ਪਿੰਡ ਦੀਆਂ ਸਾਰੀਆਂ ਗਲੀਆਂ ਬਾਈ ਦੀ ਲੰਘ ਸਕਦਾ ਹੁੰਦਾ ਕਹਿੰਦਾ ਅੱਧੇ ਪਿੰਡ ਦੇ ਬੰਦੇ ਅੱਧੇ ਪਿੰਡ ਦੀਆਂ ਗਲੀਆਂ ਬਾਈ ਦੀ ਨੀ ਲੰਘਦੇ ਹੁੰਦੇ ਹੈ ਉਹਨੇ ਮੈਨੂੰ ਇੰਨੀ ਕੰਮ ਦੀ ਕਹਿੰਦਾ ਬੱਕਰੀ ਵਾਲਾ ਸਾਰੇ ਪਿੰਡ ਦੀਆਂ ਗਲੀਆਂ ਬਾਈ ਦੀ ਲੰਘ ਸਕਦਾ ਬੱਕਰੀਆਂ ਤੇ ਮੱਝਾਂ 'ਚ ਇਹ ਵੀ ਫਰਕ ਆ ਨਾ ਮੱਝਾਂ ਵਾਸਤੇ ਤੁਹਾਨੂੰ ਧਰਤੀ ਚਾਹੀਦੀ ਪੱਠੇ ਬੀਜਣ ਨੂੰ ਬੱਕਰੀ ਨੇ ਤਾਂ 90% ਉੱਤੋਂ ਪੱਤੇ ਹੀ ਖਾਣੇ ਆ ਧਰਤੀ ਦੀ ਤਾਂ ਲੋੜ ਹੀ ਨਹੀਂ ਕੋਈ ਬੀਜਣ ਦੀ ਘੱਟ ਲੋੜ ਆ ਤਾਂ ਹੀ ਨੰਗ ਸਿੰਘ ਉਹਨਾਂ ਨੂੰ ਆਕਾਸ਼ ਪਰੀ ਕਹਿੰਦੇ ਆ ਉਹ ਕਹਿੰਦੇ ਆਕਾਸ਼ ਤੇ ਖਾਂਦੀ ਹੈ ਤਾਂ ਹਾਂ ਸਹੀ ਆ ਬਾਈ ਹਾਂ ਕੁੱਲ ਮਿਲਾ ਕੇ ਮਤਲਬ ਸਾਰੇ ਰੋਗਾਂ ਦਾ ਹੱਲ ਮੈਚਿਓ ਸਾਰੀਆਂ ਲੜਾਈਆਂ ਦਾ ਹੱਲ ਮੈਚਿਓ ਬਾਕੀ ਇਹਦੇ ਵੀਡੀਓ ਬਣਾਉਣਾ ਤੇ ਚਲੋ ਇੱਕ ਸਵਾਬੀ ਬਣ ਗਿਆ ਵੈਸੇ ਸਾਡਾ ਮੋਟੀਵੇਸ਼ਨ ਜੀ ਮਿਲਣਾ ਵੀਰੇ ਨੂੰ ਕਿ ਇੱਥੇ ਆਈ ਸਾਡੇ ਕੋਲੇ ਮਿਲਣਾ ਸੀ ਅਸਲ ਦੇ ਵਿੱਚ ਮੈਂ ਉਹ ਮਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਮੈਨੂੰ ਐਂ ਲੱਗਦਾ ਕਿ ਹਰ ਚੀਜ਼ ਨਾ ਕੁਛ ਚੀਜ਼ਾਂ ਹੁੰਦੀਆਂ ਜਿੱਥੋਂ ਮੁੱਢ ਤੁਰਦਾ ਤੇ ਸੱਚੀ ਇੱਕ ਨਾ ਗੱਗੂ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਨਾ ਇੱਕ ਗੀਤ ਸੁਣਿਆ ਸੀ ਮੈਂ ਨਾ ਹੁਣ ਮੈਂ ਮਾਫ਼ੀ ਚਾਹੁੰਦਾ ਮੈਂ ਉਹ ਸਿੰਗਰ ਦਾ ਨਾਮ ਭੁੱਲ ਗਿਆ ਉਹਨੇ ਇੱਕ ਗੀਤ ਗਾਇਆ ਸੀ ਬੀਜੀਏ ਨਾ ਪੈਲੀ ਕਦੇ ਬਿਣ ਰੁੱਤ ਦੇ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਕਾਫ਼ੀ ਮਸ਼ਹੂਰ ਮਤਲਬ ਉਹ ਗੀਤ ਇੰਨਾ ਚੱਲਿਆ ਵੀ ਬਿਣ ਰੁੱਤ ਦੇ ਪੈਲੀ ਬੀਜੀ ਉਹ ਵੀ ਖਰਾਬ ਹੋ ਜਾਂਦੀ ਹੈ ਜੇ ਜੁੱਤੀਆਂ ਮਾਰ ਦੇ ਜਵਾਨ ਪੁੱਤ ਦੇ ਤਾਂ ਉਹ ਮਰ ਸਕਦਾ ਪਰ ਤੁਸੀਂ ਉਹ ਕਹਾਵਤ ਨੂੰ ਪੁੱਠਾ ਕਰਤਾ ਜਮਾ ਹੀ ਬਦਲ ਗਈ ਆਪਣੇ ਤੇ ਆਣ ਗਏ ਉਹ ਪੁੱਠਾ ਕਰਤਾ ਵੀ ਜਵਾਨ ਪੁੱਤ ਦੇ ਜੁੱਤੀਆਂ ਮਾਰੋ ਉਹਦੀ ਇੱਜ਼ਤ ਬਣਦੀ ਆ ਹਾਂ ਸਹੀ ਆ ਹੈਂ ਇਹ ਦੋ ਤਰੀਕੇ ਨਾਲ ਸਮਝਣਦੇ ਹਾਂ ਤੇ ਮਤਲਬ ਤੁਸੀਂ ਵੀ ਸਮਝ ਸਕਦੇ ਤੇ ਇੱਜ਼ਤ ਵੀ ਸਮਝ ਤੁਸੀਂ ਮਤਲਬ ਤੁਸੀਂ ਉਹ ਬੰਦੇ ਆ ਜਿਨ੍ਹਾਂ ਨੇ ਦੁਨੀਆ ਦੀ ਕਹਾਵਤ ਪੁੱਠੀ ਕਰਤੀ ਮੈਂ ਕਹਿੰਦਾ ਵੀਰੇ ਤੁਹਾਨੂੰ ਮਾਣ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਕਿ ਤੁਹਾਡੇ ਕੋਈ ਮਾਰਨ ਵਾਲਾ ਹੈਗਾ ਵਾ ਹਾਂ ਕਈਆਂ ਦੇ ਹੈ ਹੀ ਨਹੀਂ ਨਾਲੇ ਮਾਂ ਦੇ ਕੁੱਟੇ ਦੀ ਸੱਟ ਲੱਗੀ ਨਹੀਂ ਅੱਜ ਤੱਕ ਕਿਸੇ ਨੇ ਨਹੀਂ ਲੱਗੀ ਨਹੀਂ ਲੱਗੀ ਨਹੀਂ ਲੱਗੀ ਕਹਿੰਦੇ ਵੀ ਮਾਂ ਤਾਂ ਜਦੋਂ ਘੂਰਦੀ ਆ ਤੇ ਤੁਹਾਡਾ ਭਵਿੱਖ ਸਵਾਰਦੀ ਆ ਤੇ ਪਰ ਉਹ ਚੀਜ਼ ਨੂੰ ਤੁਸੀਂ ਸਾਬਤ ਕੀਤਾ ਉਹ ਗੱਲਾਂ ਨਾ ਅੱਗੇ ਸਿਰਫ ਕਹਿਣ ਦੀਆਂ ਸੀ ਮਾਂ ਦੀਆਂ ਨਾਲਾਂ ਘਿਓ ਦੀਆਂ ਨਾਲਾਂ ਗਾਲਾਂ ਘਿਓ ਦੀਆਂ ਨਾਲਾਂ ਐਵੇਂ ਐਵੇਂ ਗੱਲਾਂ ਹੁੰਦੀਆਂ ਸੀ ਪਰ ਉਹ ਚੀਜ਼ ਨੂੰ ਤੁਸੀਂ ਪ੍ਰੂਵ ਕਰ ਮੇਰੇ ਪਾਕਿਸਤਾਨ 'ਚ ਇੱਕ ਗੱਲ ਕਹਿੰਦੇ ਆ ਕਿ ਉਹਨਾਂ ਨੇ ਪੁੱਛੇ ਸਵਾਲ ਕਿ ਕਿਹੜੀ ਚਪੇੜ ਆ ਜਿਹਦੇ ਮਾਰਿਆਂ ਗੁੱਸਾ ਨਹੀਂ ਆਉਂਦਾ ਤੇ ਅੱਗੋਂ ਬੜਾ ਸੋਹਣਾ ਜਵਾਬ ਦਿੱਤਾ ਸੀ ਮਾਂ ਉਹ ਕਹਿੰਦਾ ਉਹਦਾ ਹੀ ਗੱਲਾਂ ਗੁੱਸਾ ਨਹੀਂ ਉਹਦਾ ਮਾਰਿਆਂ ਆਉਣਾ ਵੀ ਨਹੀਂ ਚਾਹੀਦਾ ਜਿਹਨੇ ਤੁਹਾਨੂੰ ਪਾਲਿਆ ਉਹਦਾ ਕਾਹਦਾ ਗੁੱਸਾ ਪਰ ਤੁਸੀਂ ਉਹਨੂੰ ਪ੍ਰੂਵ ਕਰਤਾ
ਮਾਂ ਘਮਿਆਰ ਪੁੱਤ ਕੁੰਭ ਹੈ, ਗੜ ਗੜ ਕਾਢਾ ਖੋਟ, ਅੰਤਰ ਹੱਥ ਸਹਾਰਦੇ ਬਾਹਰ ਮਾਰੇ ਚੋਟ। ਘਮਿਆਰ ਭਾਂਡਾ ਨੀ ਕੱਢਦਾ, ਅੰਦਰੋਂ ਤਾਂ ਸਹਾਰਾ ਦਿੰਦਾ, ਵਿੰਗਾ ਹੀ ਨਾ ਹੋ ਜਾਓ ਤੇ ਉੱਤੋਂ ਕੁੱਟਦਾ ਉਹਨੂੰ। ਉਹੀ ਆ, ਉਹ ਉਵੇਂ ਹੀ ਮਾਂ ਪਿਓ ਨੂੰ ਓਦਾਂ ਹੀ ਆਪਾਂ ਨੂੰ ਟ੍ਰੀਟ ਕਰਨਾ ਚਾਹੀਦਾ, ਗੁੱਸਾ ਤਾਂ ਕਰਨਾ ਹੀ ਨਹੀਂ ਚਾਹੀਦਾ ਕਦੇ ਵੀ। ਮੈਂ ਤਾਂ ਸਾਰੇ, ਮੈਨੂੰ ਇਹ ਪਤਾ ਲੱਗਦਾ ਵੀ ਉਸਤਾਦ ਬੰਦਾ ਤੁਹਾਡੇ ਆਹ ਹੈ ਫਿਰ ਉਸਤਾਦ ਬੰਦਾ ਇਹ ਹੈ ਨਾ। ਇੱਕ ਹੋਇਆ ਚਾਹੇ ਪੜ੍ਹਿਆ ਲਿਖਿਆ ਆਪਦੇ ਟਾਈਮ ਦੀ, ਚਾਹੇ ਬੀਏ ਕੀਤੀ ਹੋਈ ਆ, ਐਮਏ ਕੀਤੀ, ਐਮਏ ਸੌਰੀ ਮੈਂ ਘਟਾ ਦੀ ਸੌਰੀ, ਐਮਏ ਦੋ ਸਰਟੀਫਿਕੇਟ ਹੀ ਪਾੜਤੇ ਉਹ ਨਾਲ ਕੀਤੀ ਹੈ। ਪਰ ਚਾਚਾ ਉਦੋਂ ਟੈਕਨੋਲੋਜੀ ਤੇ ਬਹੁਤ ਮਾਰ ਸੀ ਚਾਚੇ ਨੂੰ, ਉਦੋਂ ਰੇਜਰ ਰੂਜਰ ਜਾਂ ਅੰਡਰਗਰਾਉਂਡ ਪਾਣੀ ਬਹੁਤ ਟਾਈਮ ਦਾ ਸੀ। ਚਾਚਾ ਕਹਿੰਦਾ ਮੈਂ ਕਾਲ ਜਾਣਾ ਸਕੂਟਰ ਤੇ ਜਾਂਦਿਆਂ ਨੱਕਾ ਖੋਲ ਜਾਂਦਾ ਹੁੰਦਾ ਸੀ ਕਿ ਉਹ ਚੱਕਦੇ ਨੇ ਇੱਧਰ, ਮਤਲਬ ਬੈਵਤੀ ਬੰਦਾ ਸੀ ਪਹਿਲਾਂ ਤੋਂ, ਸਿਰਾ ਹੀ ਕੰਮ ਕਰਾਇਆ। ਹਾਂ ਡੰਗਰਾਂ ਦੇ ਪੁਰਾਣੇ ਪਏ ਆ ਵੀ ਹੱਥ ਨਹੀਂ ਲਾਉਣਾ ਕਿਸੇ ਕੰਮ ਨੂੰ, ਉਹੀ ਹੈ ਚਿੱਟੇ ਕੱਪੜੇ ਪਾ ਕੇ ਕਾਲਜ ਜਾਣਾ, ਜਾਂਦਿਆਂ ਮੋਟਰਸਾਈਕਲ ਤੇ ਚੱਕ ਕੇ ਖੋਲਣਾ, ਕਈ ਨੂੰ ਹੱਥ ਨਹੀਂ ਲਾਉਣਾ ਪੈਂਦਾ, ਮੇਰੇ 50 ਕਿੱਲਿਆਂ ਦੀ ਵਾਹੀ ਚ ਕਈ ਨੂੰ ਇੱਕ ਹੱਥ ਨਹੀਂ ਲਾਉਣਾ ਪੈਂਦਾ। ਬਿਲਕੁਲ ਟੈਕਨੋਲੋਜੀ ਦਾ ਮਾਰ, ਤੁਹਾਨੂੰ ਬਹੁਤ ਬਹੁਤ ਸੋਹਣੇ ਮੁਬਾਰਕਾਂ। ਧੰਨਵਾਦ ਵੀਰ, ਤੁਹਾਨੂੰ ਬਹੁਤ ਮੁਬਾਰਕਾਂ, ਤਰੱਕੀਆਂ ਦੇਵੇ, ਬਹੁਤ ਬਹੁਤ ਜਿਉਂਦੇ ਰਹੋ, ਤੇ ਮੇਰੇ ਹਿਸਾਬ ਨਾਲ ਬੜਾ ਲੰਬਾ ਹੋ ਜਾਊਗਾ ਕੰਮ। ਹਾਂ ਹੈ ਬ੍ਰਿਜ, ਹਟੇ ਮਿਟੇ ਕਰ ਲਈਏ, ਜਿਉਂਦੇ ਰਹੋ, ਜਿਉਂਦੇ ਰਹੋ।